नशे दी हो रही स्मगलिंग दे नेटवर्क नू तोड़न दे लई पंजाब सरकार पब्बा पार हुई पई है ता जो पंजाब नू जल्द तो जल्द नशा मुक्त बनाया जा सके। हुन एसटीएफ दी टीम नू वड्डी कामयाबी मिली। उना दे वलो तीन व्यक्तियां नू भारी मात्रा दे विच नशीले पदार्था दे नाल काबू कीता गया, जिस दे विच 5 किलोग्राम हेरोइन, 2 मोबाइल फोन अते 2 पाकिस्तानी सिम फड़ी गई नी। एह पाकिस्तान तो हेरोइन दी सप्लाई करन वाले नेटवर्क दे विच शामिल ने। हां जी, ए आईडी जी इदा है कि ए जेडे बंदे आ बलविंदर सिंह, अवतार सिंह, गौरव अवतार सिंह, ए सारे नेटवर्क नाल जुड़े हुए सी। एक हरप्रीत सिंह ए इदे सरमुख दा कजन ब्रदर है जिहड़ा मलेशिया च बैठा होया, जिहड़ा कि ओ काफ़ी देर दा गया होया ते आईएसआई नाल उधर जिहड़ा टच है, उन्हें गां इधर अपने पंजाब च जिहड़ा है ये नेटवर्क सारा विछाया होया सी। और मेन सप्लाई सारी उधरों हरप्रीत जिहड़ा है उन्हां नाल मिल के जिहड़ा है वो इधर बचाउंदा, और जिहदे च वैपन, हीरोन, सिम्मा, पाकिस्तानी होर सारा मटीरियल जिहड़ा है, आई डी, ये सारिया जिहड़ियां चीज़ां ने, ये हरप्रीत जिहड़ा हैगा मलेशिया वो सारा मुहैया कराउंदा। ਕਿੰਨੀਆਂ ਕੰਸਾਈਨਮੈਂਟਾਂ ਹੁਣ ਤੱਕ ਮੰਗਾ ਚੁੱਕਿਆ ਵਾ ਫਿਰ ਉਹਦੇ? ਇਹਦੇ 'ਚ ਕੰਸਾਈਨਮੈਂਟਾਂ ਜਿਹੜੀਆਂ ਹੈਗੀਆਂ ਨੇ ਉਹ ਅਨਲਿਮਿਟਡ ਨੇ ਹੁਣ ਤੱਕ। ਜਿਹੜੀ ਹੀਰੋਇਨ ਦੀ ਕੰਸਾਈਨਮੈਂਟ ਆ ਉਹ 1 ਕਿਲੋ ਇੱਕ ਟਾਈਮ ਅਤੇ ਅੱਧਾ ਅੱਧਾ ਕਿਲੋ ਦੂਸਰੇ ਸੈਕਿੰਡ ਟਾਈਮ, ਔਰ 5 ਕੇ ਜੀ ਹੁਣ ਜਿਹੜੀ ਰੀਸੈਂਟਲੀ ਇਹਨਾਂ ਨੇ ਹੀਰੋਇਨ ਜਿਹੜੀ ਉਹ ਮੰਗਵਾਈ। ਇਹ ਜਿਹੜੀ ਚੀਜ਼ ਹੈਗੀ ਆ ਲੁਧਿਆਣੇ ਵਾਲੀ, ਲੁਧਿਆਣੇ ਦੇ ਵਿੱਚ ਕਿਉਂਕਿ ਇਹਨਾਂ ਦਾ ਵੱਖਰਾ ਵੱਖਰਾ ਰੋਲ ਹੈ, ਜਿੱਦਾਂ ਸੀ ਦਿਲਬਾਗ ਬੱਗੋ, ਇਹ ਬਿਲਕੁਲ ਬਾਰਡਰ ਦੇ ਉੱਤੇ ਸੀ, ਇਹ ਉੱਥੋਂ ਚੁੱਕਣ ਦਾ ਕੰਮ ਕਰਦਾ ਸੀ, ਇਹਨੇ ਚੁੱਕ ਕੇ ਗਾਂਹ ਦੇਣਾ ਹੁੰਦਾ ਸੀ। ਔਰ ਗਾਂਹ ਜਿਹੜਾ ਜਿਹੜੇ ਦੂਜੇ ਨੇ ਜਿੱਦਾਂ ਅਵਤਾਰ ਹੁਰੀ ਨੇ, ਗੁਰ ਅਵਤਾਰ ਹੁਰੀ ਨੇ, ਇਹ ਜਿਹੜੇ ਹੈ ਉੱਥੋਂ ਨਾਲ ਨਾਲ ਇਹਦੀ ਹੀਰੋਇਨ ਲਿਆ ਕੇ ਜਿਹੜੀ ਆ ਉਹ ਸੇਲ ਕਰਦੇ ਪੈਸੇ ਅਤੇ ਉਹਦੇ ਕੋਲ ਜਿਹੜੇ ਹੈ ਉਹ ਪਰ ਪੈਕਟ ਦੇ ਜਿਹੜਾ ਹੈ ਉਹ ਪੈਸੇ ਲੈਂਦੇ ਸੀ। ਤੋ ਇਸ ਤਰ੍ਹਾਂ ਹੀ ਇਹ ਜਿਹੜੇ ਬੰਦੇ ਸੀ ਆਪਣੇ ਸੁਵਿੰਦਰ ਹੋਰੀ, ਹਰਪ੍ਰੀਤ ਹੈਪੀ ਹੋਰੀ ਅਤੇ ਗੁਰਪ੍ਰੀਤ ਗੋਪੀ ਹੋਰੀ, ਰਿੰਕੂ ਹੋਰੀ, ਰਿੰਕੂ ਜਿਹੜਾ ਹੈ ਇਹ ਉਹਦਾ ਆਮ ਅਮਨੀਸ਼ਨ ਜਿਹੜਾ ਹੈ ਇਹ ਉਹਨੂੰ ਸਾਂਭਦਾ ਸੀ ਅਤੇ ਗਾਂ ਜਿਹੜਾ ਕਰਦਾ ਸੀ। ਇਸ ਤਰ੍ਹਾਂ ਵੱਖਰੇ ਵੱਖਰੇ ਰੋਲ ਹੈ। ਸਰ ਮਲੇਸ਼ੀਆ ਤੋਂ ਹਰਪ੍ਰੀਤ ਦਾ ਇਹਨਾਂ ਨੂੰ ਕਿਹੜਾ ਲੀਕ ਸੀਗਾ? ਸੁਰਮੁਖ ਸਿੰਘ, ਸੁਰਮੁਖ ਜਿਹੜਾ ਹੈ ਉਹ ਮੇਨ ਸੀ, ਮੇਨ ਕਿੰਗ ਪਿੰਨ ਬੇਸ ਇਹਨਾਂ ਦਾ ਜਿਹੜਾ ਸਾਰੀ ਇਸ ਚੀਜ਼ ਨੂੰ ਜਿਹੜਾ ਸੰਭਾਲਦਾ ਸੀ। ਸਰ ਦੂਜਾ ਮਾਮਲਾ ਇਹਦੇ ਵਿੱਚ ਹੈਗਾ ਵਾ ਜਿਹੜਾ ਮੈਨੂਫੈਕਚਰ ਡਰੱਗ ਦਾ ਹੈਗਾ, ਸੋ ਇਹਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਜਿਹੜੀ ਸਾਡੀ ਇਨਪੁੱਟ ਸੀ ਔਰ ਉਹਦੇ ਆਧਾਰ 'ਤੇ ਅਸੀਂ ਕਾਰਵਾਈ ਕਰਦੇ ਹਾਂ। ਅੰਮ੍ਰਿਤਸਰ ਤੋਂ ਹੀ ਬਲਵਿੰਦਰ ਸਿੰਘ ਉਰਫ ਕਾਲਾ ਹੈਗਾ, ਜਿਹਦੇ ਕੋਲੋਂ ਅਸੀਂ ਕੋਈ 31,000 ਜਿਹੜੀ ਆ ਉਹ ਗੋਲੀਆਂ ਫੜੀਆਂ ਸੀ। ਚੱਲਦਿਆਂ ਚੱਲਦਿਆਂ ਉਹਦੇ ਬੈਕਵਰਡ ਅਤੇ ਫਾਰਵਰਡ ਲਿੰਕ ਨੂੰ ਖਾਲਦੇ ਹਾਂ, ਹੁਣ ਤੱਕ ਜਿਹੜੀ ਹੈ ਉਹਦੇ 'ਚ ਅਸੀਂ 6,15,000 ਜਿਹੜੀ ਗੋਲੀ ਆ ਉਹ ਇਹਦੇ 'ਚ ਫੜੀ ਆ। ਔਰ ਇਹਦੇ 'ਚ ਬੰਦੇ ਜਿਹੜੇ ਆ ਉਹ ਦਿੱਲੀ ਤੋਂ ਵੀ ਫੜੇ ਆ, ਝਾਰਖੰਡ ਤੋਂ ਵੀ ਫੜੇ ਆ। ਸੋ ਉਹ ਸਾਰੇ ਜਿੰਨੇ ਹੀ ਉਹਦੇ ਬੈਕਵਰਡ ਫਾਰਵਰਡ ਲਿੰਕ ਸੀ ਔਰ ਜਿੰਨੇ ਹੀ ਉਹਦੇ ਬਾਹਰਲੀ ਸਟੇਟ 'ਚ ਲਿੰਕ ਸੀ ਉਹ ਸਾਰੇ ਨੂੰ ਅਸੀਂ ਜਿਹੜਾ ਹੈ ਉਹ ਉਹਨਾਂ ਨੂੰ ਰਾਊਂਡ ਅਪ ਕੀਤਾ, ਅਰੈਸਟ ਕੀਤਾ ਔਰ ਉਹਨਾਂ ਦੀ ਰਿਕਵਰੀ ਪਾਈ ਆ। ਔਰ ਖਾਸ ਗੱਲ ਜਿਹੜੀ ਮੈਂ ਇਹਦੇ 'ਚ ਦੱਸਣੀ ਚਾਹਾਂਗਾ ਵੀ ਐਸਟੀਐਫ ਪੰਜਾਬ ਜਿਹੜੀ ਹੈ ਸਾਡਾ ਮੇਨ ਮੋਟਿਵ ਇਹ ਨਹੀਂ ਹੁੰਦਾ ਵੀ ਅਸੀਂ ਜਿਹੜੀ ਮੌਕੇ 'ਤੇ ਰਿਕਵਰੀ ਫੜੀ ਆ ਅਤੇ ਰਿਕਵਰੀ ਫੜ ਕੇ ਉਹਦੀ ਕਾਰਵਾਈ ਕਰਕੇ ਬੰਦ ਕਰ ਦਈਏ। ਸਾਡੀ ਸਪੈਸ਼ਲਟੀ ਇਸ ਕਰਕੇ ਆ ਕਿ ਅਸੀਂ ਜਿਹੜਾ ਵੀ ਕੋਈ ਓਪਰੇਸ਼ਨ ਕਰਦੇ ਹਾਂ ਉਹਨੂੰ ਸਟਾਰਟ ਤੋਂ ਲੈ ਕੇ ਐਂਡ ਤੱਕ ਲਿਜਾਂਦੇ ਹਾਂ। ਦਿਸ ਇਜ਼ ਵਟ ਆਈ ਐਮ ਸੇਇੰਗ ਕਿ ਸਟਾਰਟ ਤੋਂ ਲੈ ਕੇ ਐਂਡ ਤੱਕ ਜਾਂਦੇ ਹਾਂ। ਇਹ ਕੇਸ ਦੇਖੋ ਸਾਡਾ ਜਿਹੜਾ ਮੈਡੀਸਨ ਵਾਲਾ ਇਹ ਕੇਸ ਹੈ ਇਹ 20-6 ਦਾ ਦਰਜ ਹੋਇਆ ਅਤੇ ਜਿਹੜਾ ਦੂਜਾ ਵਾ ਉਹ 16-5 ਦਾ ਦਰਜ ਹੋਇਆ। ਅਸੀਂ ਉਹਦੇ ਬੈਕਵਰਡ ਲਿੰਕ 'ਤੇ ਜਾਂਦੇ 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 ਹੁਣ ਸਾਰਾ ਉਹਦਾ ਨੈਟਵਰਕ ਜਿਹੜਾ ਹੈ ਉਹਨੂੰ ਬ੍ਰੇਕ ਕਰਤਾ ਹੈਗਾ ਔਰ ਅਸੀਂ ਮੁਕੰਮਲ ਜਿਹੜਾ ਹੈ ਉਹ 'ਤੇ ਵਰਕਆਊਟ ਕਰਕੇ ਅਤੇ ਮੁਕੰਮਲ ਉਹਦਾ ਨੈਟਵਰਕ ਜਿਹੜਾ ਬ੍ਰੇਕ ਕੀਤਾ ਹੈਗਾ, ਚਾਹੇ ਉਹ ਆਈ ਡੀ ਵਾਲਾ, ਚਾਹੇ ਉਹ ਇਹ ਆਪਣੇ ਹੈਗਾ ਹੀਰੋਇਨ ਵਾਲਾ, ਚਾਹੇ ਉਹ ਆ ਟੈਬਲੇਟ ਵਾਲਾ। ਸੋ ਸਾਡੀ ਮੇਨ ਤਰਜੀਹ ਹੁੰਦੀ ਆ ਕਿ ਅਸੀਂ ਜਿਹੜਾ ਵੀ ਓਪਰੇਸ਼ਨ ਸ਼ੁਰੂ ਕੀਤਾ ਉਹਨੂੰ ਐਂਡ ਤੱਕ ਲੈ ਕੇ ਜਾਈਏ ਕਿ ਉਹਦੀਆਂ ਜੜ੍ਹਾਂ ਬਾਅਦ 'ਚ ਫਿਰ ਨਾ ਉਹ ਭੰਗੁਰ ਪੈਣ ਅਤੇ ਫਿਰ ਨਾ ਉਹ ਸ਼ੁਰੂ ਕਰ ਲੈਣ। ਖਾਸ ਵਿਸ਼ੇਸ਼ ਕਰਕੇ ਤਕਲੀਫ ਦਿੱਤੀ ਆ ਅੱਜ ਜਿਹੜੀ ਅੱਜ ਦੀ ਪੀ ਸੀ ਆ ਇਹਦੇ 'ਚ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ
ਤੇ ਅੱਜ ਦੋ ਕੇਸਾਂ ਬਾਰੇ ਤੁਹਾਨੂੰ ਅਪਡੇਟ ਜਿਹੜਾ ਹੈ ਉਹ ਪ੍ਰੈਸ ਨੂੰ ਕਰਨਾ ਹੈ। ਇੱਕ ਤੇ ਕੇਸ ਨੰਬਰ ਹੈਗਾ 92, ਇਹ 19 ਮਹੀਨੇ ਦਰਜ ਕੀਤਾ ਸੀ, ਔਰ ਇੱਕ ਕੇਸ ਨੰਬਰ ਹੈਗਾ 129। ਇਹਦੇ 'ਚ ਮੈਂ ਸਟੈਪ ਬਾਈ ਸਟੈਪ ਦੱਸਾਂਗਾ। ਪਹਿਲਾਂ 92 ਨੰਬਰ ਕੇਸ ਬਾਰੇ ਦੱਸਾਂਗਾ। 92 ਨੰਬਰ ਕੇਸ, 92 ਨੰਬਰ ਕੇਸ ਸਾਡਾ ਹੈਗਾ ਕਿ ਅਸੀਂ ਜਨਵਰੀ 'ਚ ਉਦੋਂ 3 IDR ਰਿਕਵਰ ਕੀਤੀਆਂ ਸੀ, ਅਤੇ ਉਹਦੇ 'ਚ ਬੈਕਵਰਡ ਲਿੰਕ 'ਤੇ ਜਾਂਦਿਆਂ ਹੋਇਆ ਜਿਹੜੇ ਹੈ ਉਹ ਕੁਛ ਬੰਦੇ ਰਹਿ ਗਏ ਸੀ ਜਿਨ੍ਹਾਂ ਨੂੰ ਫੜਨਾ ਬਾਕੀ ਸੀ। ਉਹਦੇ 'ਚ ਅਸੀਂ ਜਿਹੜੇ ਹੈ ਉਹ ਜਦੋਂ ਬੈਕਵਰਡ ਲਿੰਕ 'ਤੇ ਜਾ ਕੇ ਬੰਦੇ ਰਾਊਂਡ ਅਪ ਕੀਤੇ, ਜਿਹਦੇ ਵਿੱਚ ਮੇਨ ਬੰਦਾ ਜਿਹੜਾ ਹੈਗਾ ਸੀ ਉਹ ਹੈਗਾ ਸੀ ਦਿਲਬਾਗ ਸਿੰਘ ਐਲੀਅਸ ਬੱਗੋ, ਔਰ ਉਹ ਰਹਿਣ ਵਾਲਾ ਹੈਗਾ ਆਪਣੇ ਪਿੰਡ ਹੈਗਾ ਉਹਦਾ ਚੱਕ ਅੱਲਾ ਬਖਸ਼, ਬਿਲਕੁਲ ਬਾਰਡਰ ਹੈਂਡ ਸਿੰਘ ਦੇ ਉੱਤੇ ਉਹਦਾ ਪਿੰਡ ਹੈ। ਸੋ ਉਹਨੇ ਆਪਣੀ ਡਿਸਕਲੋਜ਼ਰ ਸਟੇਟਮੈਂਟ 'ਤੇ ਉਹਨੇ ਸਾਰੀ ਇੰਟਰੋਗੇਸ਼ਨ 'ਚ ਇਹ ਦੱਸਿਆ ਸੀ ਕਿ ਜਿਹੜਾ ਲੁਧਿਆਣੇ ਕੋਰਟ 'ਚ ਬਲਾਸਟ ਹੋਇਆ ਸੀ ਉਹ ਜਿਹੜਾ ID ਸੀ ਬਾਰਡਰ ਤੋਂ ਚੁੱਕ ਕੇ ਉਹ ਲੁਧਿਆਣੇ ਜਿਹੜਾ ਉਹ ਦੇ ਕੇ ਆਇਆ ਸੀ, ਜਿਹੜਾ ਉਹਦੇ 'ਚ ਡਿਸਮਿਸਡ ਮੁਲਾਜ਼ਮ ਦੀ ਵੀ ਡੈਥ ਹੋਈ ਸੀ। ਸੋ ਉਹ ਕਿਉਂਕਿ ਇਨਵੈਸਟੀਗੇਸ਼ਨ ਜਿਹੜੀ ਹੈ ਲੁਧਿਆਣਾ ਜਿਹੜਾ ਕੋਰਟ ਬਲਾਸਟ ਸੀ ਉਹਦੀ NIA ਕੋ ਇਨਵੈਸਟੀਗੇਸ਼ਨ ਚੱਲ ਰਹੀ ਸੀ। ਸੋ ਉਹਦੇ 'ਚ ਜਦੋਂ ਇਹ ਸਾਰੀ ਚੀਜ਼ ਹੋਈ ਇਹਦੇ 'ਚ ਕੁਛ ਪਹਿਲਾਂ ਹੀ ਬੰਦੇ ਸਾਡੇ ਕੋਲ ਇੱਕ ਸਰਮੁਖ ਸੀ ਜਿਹੜਾ ਮੇਨ ਇਹਨਾਂ ਦਾ ISI ਦਾ ਜੰਗ ਸੀ ਉਹ ਜੇਲ੍ਹ 'ਚ ਸੀ, ਉਹਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ, ਅਤੇ ਉਹਦੇ 'ਚ ਅਸੀਂ ਸਾਰੇ ਹੁਣ ਤੱਕ ਜਿਹੜਾ ਹੈ 10 ਬੰਦੇ ਇਹਦੇ 'ਚ ਗ੍ਰਿਫਤਾਰ ਕਰ ਚੁੱਕੇ ਹਾਂ। ਔਰ ਇਹ ਜਿਹੜੀ 92 FIR ਨੰਬਰ ਸੀ, 92 ਨੰਬਰ FIR, ਇਹਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ। ਇੱਕ ਤਾਂ ਜਿੱਥੇ ਜਿਹੜਾ ਕੋਰਟ ਵਿੱਚ ਬਲਾਸਟ ਹੋਇਆ ਸੀ ਉਹ ID, ਪਲੱਸ ਇਹਦੇ ਨਾਲ ਨਾਲ ਇਹਨਾਂ ਦਾ ਇੱਕ ਬੜਾ ਵੱਡਾ ਨੈੱਟਵਰਕ ਜਿਹੜਾ ਉਹ ਫੈਲਿਆ ਹੋਇਆ ਸੀ ਜਿੱਥੇ ਕਿ ਮਗਰੋਂ ਪਾਕਿਸਤਾਨ ਨਾਮਰਾਜ ਏਜੰਸੀ ਜਿਹੜੀ ਹੈਗੀ ਆ ISI ਉਹਦਾ ਹੱਥ ਸੀ। ਉਹਦੇ ਜਿਹੜੇ ਇੱਥੋਂ ਦੇ ਸਲੀਪਰ ਸੈੱਲ ਸੀ ਜਿਹੜੇ ਫੜੇ ਆ, ਜਿਹਦੇ 'ਚ ਮੈਂ ਪਹਿਲਾਂ ਤੁਹਾਨੂੰ ਦੱਸਿਆ ਇਹ ਸੀ ਆਪਣੇ ਸਰਮੁਖ ਸਿੰਘ ਸੀ, ਮੇਨ ਦਿਲਬਾਗ ਸਿੰਘ ਸੀ, ਸੁਰਿੰਦਰ ਸਿੰਘ ਸੀ। ਸੋ ਇਹਦੇ ਤਹਿਤ ਹੀ ਅਸੀਂ 3 ਬੰਦੇ ਜਿਹੜੇ ਆ ਉਹ ਪਿਛਲੇ ਦਿਨੀ ਅਸੀਂ ਹੋਰ ਗ੍ਰਿਫਤਾਰ ਕੀਤੇ ਆ, ਜਿਹਦੇ 'ਚ ਇੱਕ ਅਵਤਾਰ ਸਿੰਘ, ਇੱਕ ਗੁਰਅਵਤਾਰ ਸਿੰਘ ਅਤੇ ਇੱਕ ਬਲਵਿੰਦਰ ਸਿੰਘ। ਇਹਦੇ 'ਚ 92 ਨੰਬਰ 'ਚ ਇਹਦੇ 'ਚ 2-3 ਦਿਨ ਪਹਿਲਾਂ 1 ਕਿਲੋ ਹੀਰੋਨ ਰਿਕਵਰ ਹੋਈ ਸੀ ਗੁਰਅਵਤਾਰ ਅਤੇ ਅਵਤਾਰ ਕੋ 1 ਕਿਲੋ ਹੀਰੋਨ ਜਿਹੜੀ ਆ 2 ਦਿਨ ਪਹਿਲਾਂ ਜਿਹੜੀ ਰਿਕਵਰ ਹੋਈ ਸੀ। ਫਿਰ ਹੁਣ ਜਿਹੜਾ ਫੜਿਆ ਹੈ ਬਲਵਿੰਦਰ ਸਿੰਘ ਨਾਂ ਦਾ ਬੰਦਾ ਜਿਹੜਾ ਰਹਿਣ ਵਾਲਾ ਤਾਂ ਹੈਗਾ ਵਾ ਚੱਕ ਅੱਲਾ ਬਖਸ਼ ਦਾ ਹੀ, ਪਰ ਇਹ ਅੱਜ ਕੱਲ੍ਹ ਸ਼ਹਿਰ 'ਤੇ ਕਾਫੀ ਦੇਰ ਤੋਂ ਪਿਛਲੇ ਦਿਨਾਂ ਤੋਂ ਇਹ ਜਿਹੜਾ ਸ਼ਹਿਰ 'ਤੇ ਰਹਿ ਰਿਹਾ ਸੀ ਲੋਕ ਚੌਂਕੇ, ਔਰ ਪਤਾ ਲੱਗਾ ਹੈ ਕਿ ਇਹ ਸ਼ਹਿਰ 'ਤੇ ਵਿੱਚ ਇਹਨੇ ਕਾਫੀ ਆਪਣਾ ਨੈੱਟਵਰਕ ਵਿਛਾਇਆ ਹੋਇਆ ਸੀ। ਸੋ ਇਹਦੇ ਕੋਲੋਂ ਜਿਹੜੀ ਕੱਲ੍ਹ ਆ 3 ਕਿਲੋ ਹੋਰ ਹੀਰਨ ਜਿਹੜੀ ਕਿ ਡਰੋਨ ਰਾਹੀਂ ਇੱਥੇ ਆਉਂਦੀ ਸੀ ਬਾਰਡਰ ਤੋਂ, ਅਤੇ ਇਹ 3 ਕਿਲੋ ਇਹਦੀ ਬਲਵਿੰਦਰ ਸਿੰਘ ਜਿਹੜਾ ਸ਼ਹਿਰ 'ਤੇ ਤੋਂ ਅਸੀਂ ਕਾਬੂ ਕੀਤਾ ਕੱਲ੍ਹ, ਉਹਦੇ ਕੋਲ 3 ਕਿਲੋ ਹੀਰਨ ਹੋਰ ਰਿਕਵਰ ਕੀਤੀ ਆ। ਹੁਣ ਤੱਕ ਇਹਦੀ ਜਿਹੜੀ ਆ 5 ਕਿਲੋ ਹੀਰੋ ਰਿਕਵਰ ਹੋ ਗਈ ਆ, ਔਰ 2 ਫੋਨ, 2 ਪਾਕਿਸਤਾਨੀ ਸਿੰਮਾਂ, ਔਰ ਟੋਟਲ 10 ਬੰਦੇ ਜਿਹੜੇ 92 ਨੰਬਰ FIR 'ਚ ਗ੍ਰਿਫਤਾਰ ਕਰ ਚੁੱਕੇ। ਹੁਣ ਵੇਖਣਾ ਹੋਵੇਗਾ ਕਿ ਜਾਂਚ ਦੇ ਵਿੱਚ STF ਇਹਨਾਂ ਤੋਂ ਕੀ ਕੁਝ ਖੁਲਾਸੇ ਕਰਵਾਉਂਦੀ ਹੈ, ਹੋਰ ਕਿੰਨੇ ਕੁ ਵਿਅਕਤੀ ਇਹਨਾਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਨਸ਼ੇ ਦੀ ਗੈਰ ਕਾਨੂੰਨੀ ਕਾਰੋਬਾਰ ਕਰ ਰਹੇ ਨੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। D5 ਚੈਨਲ ਪੰਜਾਬੀ ਲਈ ਅੰਮ੍ਰਿਤਸਰ ਤੋਂ ਵੰਸ਼ਦੀਪ ਸਿੰਘ ਦੀ ਰਿਪੋਰਟ, ਬਿਊਰੋ ਰਿਪੋਰਟ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।